ਬਾਪੂ ਜੀ, ਉਹ ਕਿਵੇਂ ਗੱਲ ਬਣੀ ਸੀਗੀ? ਮੰਨ ਲਓ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਵੀ ਜਿਹੜਾ ਹੈਗਾ ਜੱਟ ਜੁੱਟ ਜਿਹੜਾ ਹੈਗਾ ਪਰਚੇ ਦੀ ਪ੍ਰਵਾਹ ਨਹੀਂ ਕਰਦਾ। ਜੇ ਤੁਸੀਂ ਪਰਚਾ ਪਰਚਿਆਂ ਦੀ ਗੱਲ ਕਰਦੇ ਹੋ ਤਾਂ ਜਿਹੜੇ ਲੋਟ ਪੈਣੇ 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 ਨੇ, ਮੈਂ ਕੋਈ ਇਕੱਲੀ ਨਾਲ ਘੰਟੇ ਸਾਰੇ ਲਾ ਦੇਣਾ। ਤੇ ਮੰਨ ਲਓ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਬਾਪੂ, ਹਾਂਜੀ, ਤੇ ਮੰਨ ਲਓ ਜਿਵੇਂ ਆਪਾਂ ਗੱਲਬਾਤ ਗੱਲਬਾਤ ਕਰ ਰਹੇ ਸੀ, ਆਪਦੇ ਪੁੱਤਰਾਂ ਨੂੰ ਕਿਵੇਂ ਮੰਨ ਲਓ ਜ਼ਿੰਦਗੀ ਦੇ ਆਪਾਂ ਕੀ ਪ੍ਰੇਰਿਤ ਕੀਤਾ ਵੀ ਚੜ੍ਹਦੀ ਕਲਾ ਵਾਸਤੇ? ਮੈਂ ਉਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਭਾਈ ਸੱਚ ਬੋਲੋ, ਸੱਚ ਬੋਲੋ। ਇਹਨਾਂ ਨੇ ਹਮੇਸ਼ਾ ਆਪਦੇ ਬੱਚਿਆਂ ਨੂੰ ਜਿਹੜਾ ਇਹੀ ਸਿੱਖਿਆ ਦਿੱਤੀ ਵੀ ਨਿਰਭਾਉ ਨਿਰਵੈਰ ਰਹਿਣਾ, ਕਿਸੇ ਤੋਂ ਡਰਨਾ ਨਹੀਂ, ਠੀਕ ਆ, ਸੱਚ 'ਤੇ ਪਹਿਰਾ ਦੇਣਾ। ਇਹ ਕਹਿੰਦੇ ਵੀ ਆਪਾਂ ਮੁੱਕਰ ਵੀ ਸਕਦੇ ਸੀ, ਨਹੀਂ ਲਾਈ ਜਾਂ ਕੁਛ ਵੀ, ਹੈ ਨਾ? ਤੇ ਬਾਪੂ ਮਾੜੀ ਜੀ ਤੁਸੀਂ ਜੱਟ ਬੂਟ ਵਾਲੀ ਗੱਲ ਦੱਸੋ ਕੀ ਹੁੰਦੀ, ਮਤਲਬ ਜੱਟ ਬੂਟ ਦਾ ਮਤਲਬ ਕੀ? ਜੱਟ ਬੂਟ ਦਾ ਤਾਂ ਸਾਡੇ ਮੂੰਹ 'ਚ ਚੜਿਆ ਹੋਇਆ ਹੁੰਦਾ ਜੀ, ਵੀ ਮਤਲਬ ਜਿਵੇਂ ਹੁਣ ਉਹਨਾਂ ਨੇ ਕਹਿੰਦਾ ਵੀ ਅਸੀਂ ਭਾਈ ਜੱਟਾਂ ਦੇ ਪੁੱਤਾਂ ਦੀ ਪੈਂਦੀ ਹੈ। ਜਦੋਂ ਆਹ ਲਾਈਨ ਕੱਢੀ ਹੈ, ਹਾਂਜੀ, ਭਾਰਤ ਮਾਲਾ ਪ੍ਰੋਜੈਕਟ ਕਹਿੰਦਾ ਇਹਨੂੰ, ਕਹਿੰਦੇ ਵਿਕਾਸ ਹੋ ਰਿਹਾ, ਹਾਂਜੀ, ਤੇ ਇਹਨੂੰ ਕਿਵੇਂ ਦੇਖਦੇ ਹੋ ਵੀ ਜਦੋਂ ਲੋਕਾਂ ਦੇ ਬਾਹਾਂ ਦੀਆਂ ਕਾਤਰਾਂ ਹੋਈਆਂ ਉਹ ਕਿੱਥੇ ਗਏ ਆ? ਕਿਵੇਂ ਤੁਹਾਡੇ ਪਿੰਡ 'ਚ ਕਿੰਨਾ ਕੁ ਨੁਕਸਾਨ ਹੋਇਆ ਜੀ? ਸਾਡੇ ਪਿੰਡ 'ਚ ਬੇਉਰਕਾ 'ਚ ਨੁਕਸਾਨ ਹੋਇਆ ਜੀ, ਪਹਿਰਾ ਦੇ ਕੇ ਸਾਰਾ ਕੁਝ ਦੇ ਕੇ। ਹੁਣ ਜਿਹੜਾ ਦਿੱਲੀ ਵਾਲਾ ਦਰੁਨਾਰ ਸੀ, ਹਾਂਜੀ, ਕਿੱਡਾ ਵੱਡਾ ਕਾਂਡ ਸੀ, ਕਿੱਡਾ ਵੱਡਾ ਜੀਤ ਸੀ। ਸਤਿਗੁਰਾਂ ਨੇ ਇਹ ਗੱਲ ਕਹੀ ਸੀ ਵੀ 19 ਵਾਰ ਜਿੱਤੀ ਹੈ, ਜਿੱਤਾਂਗੇ ਫੇਰ ਵੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਹਾਂ ਕੋਠੇ ਰੱਥੜੀਆਂ ਦੇ ਵਿੱਚ। ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ SSP ਸਾਹਿਬਾਨ ਨੂੰ ਜਿਹੜਾ ਹੈਗਾ ਕਿਸਾਨ ਕਹਿ ਰਿਹਾ ਸੀ ਕਿ ਜਿਹੜਾ ਹੈਗਾ ਪਰਚੇ ਪੁਰਚੇ ਤਾਂ ਜੱਟਾਂ 'ਤੇ ਹੁੰਦੇ ਆ, ਸਾਨੂੰ ਇਹਦਾ ਕੋਈ ਡਰ ਨਹੀਂ ਗਾ। ਕਾਰਨ ਕੀ ਸੀ? ਅੱਗ ਜਿਹੜੀ ਹੈਗੀ ਆ ਉਹ ਲਾਈ ਹੋਈ ਸੀਗੀ ਉੱਥੇ, ਨਾਲ SDM ਵੀ ਸੀਗੇ, ਹੈ ਨਾ? ਅਤੇ ਅੱਜ ਆਪਾਂ ਉਹ ਘਰ ਵਿਖੇ ਪਹੁੰਚਿਆ, ਉਹਨਾਂ ਦੇ ਸਤਿਕਾਰਯੋਗ ਬਾਪੂ ਜੀ ਮੇਰੇ ਨਾਲ ਨੇ, ਅਤੇ ਆਪਾਂ ਕਿਹਾ ਦਸਾਂ ਨਹੁੰ ਦੀ ਕਿਰਤ ਕਰਨ ਵਾਲਾ ਪਰਿਵਾਰ ਆ। ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਬਾਪੂ ਜੀ ਉਹ ਕਿਵੇਂ ਗੱਲ ਬਣੀ ਸੀਗੀ? ਮੰਨ ਲਓ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਵੀ ਜਿਹੜਾ ਹੈਗਾ ਜੱਟ ਜੁੱਟ ਜਿਹੜਾ ਹੈਗਾ ਪਰਚੇ ਦੀ ਪ੍ਰਵਾਹ ਨਹੀਂ ਕਰਦੇ? ਨਹੀਂ, ਉਸੇ ਬੱਚਿਆਂ ਨੂੰ ਕੋਲੇ ਬਾਗੇ 'ਚ ਉਹ, ਮੈਂ ਗਾਇਆ ਹਾਜ਼ਰ ਸੀ ਜੀ, ਨਾਮ ਆਏ ਉਦੂ ਗਾਹਾਂ, ਉਹਨਾਂ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਦੱਸਿਆ ਜੀ, ਅਤੇ ਉਹ ਕਹਿੰਦੇ ਕਹਿੰਦੇ ਵੀ ਤੁਸੀਂ, ਉਹ ਕਹਿੰਦੇ ਵੀ ਜੱਗ ਤਾਂ ਲੱਗਣ ਵਾਲੇ ਕਈ ਲੱਗ, ਤੁਹਾਡੇ ਕੋਲ ਇੰਤਜ਼ਾਮ ਵਧਾਉਣ ਦਾ ਤਾਂ ਵਜਾ ਵੀ ਸਕਦੇ ਹੋ। ਜੇ ਤੁਸੀਂ ਪਰਚਾ ਪਰਚਿਆਂ ਦੀ ਗੱਲ ਕਰਦੇ ਹੋ ਤਾਂ ਜਿਹੜੇ ਲੁੱਟ ਪੈਣੇ 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 ਨੇ, ਮੈਂ ਕੋਈ ਇਕੱਲੇ ਨਾਲ ਘੰਟੇ ਨੂੰ ਸਾਰੇ ਲਾ ਦੇਣਗੇ। ਮੇਰੇ ਮੂੰਹ 'ਚ ਤਾਂ ਗੱਲ ਆ ਹੀ ਹੈ, ਗਾਹਾਂ ਜੋ ਪਰਮਾਤਮਾ ਨੂੰ ਪਤਾ ਹੋਊਗਾ। ਠੀਕ, ਅਤੇ ਬਾਪੂ ਜੀ ਜਿਵੇਂ ਮੰਨ ਲਓ ਤੁਸੀਂ ਸਾਰਾ ਕੁਝ ਹੰਡਾਇਆ ਹੈ ਨਾ ਜ਼ਿੰਦਗੀ ਦੇ ਵਿੱਚ, ਤੁਸੀਂ ਮੰਨ ਲਓ ਜੇ ਦੱਸਿਆ ਜਾਵੇ ਤਾਂ ਬਾਪੂ ਇਹਨਾਂ ਦਾ ਬਾਪੂ ਜੀ ਦਾ ਜਿਹੜਾ ਹੈਗਾ ਪੈਲੀ ਪੱਠਾ, ਪਰ ਕਿੰਨੇ 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 ਕਿੱਲਿਆਂ ਦੀ ਖੇਤੀ ਕਰਦਾ ਬਾਪੂ ਜੀ? ਹਾਂਜੀ, 22 ਕਿੱਲਿਆਂ ਦੀ। 22 ਕਿੱਲਿਆਂ ਦੀ ਖੇਤੀ ਕਰਦੇ ਹੋ, ਨਾਲ ਤੁਹਾਡਾ ਡੇਅਰੀ ਫਾਰਮ? ਨਾਲ ਡੇਅਰੀ ਫਾਰਮ। ਠੀਕ ਹੈ, ਅਤੇ ਨਾਲ ਮੰਨ ਲਓ ਕੀ ਆ, ਤੁਸੀਂ ਦਸਾਂ ਨਹੁੰ ਦੀ ਕਿਰਤ ਕਰਨ ਵਾਲੇ ਬੰਦੇ ਹੋ, ਹੈ ਨਾ? ਹਾਂਜੀ। ਅਤੇ ਮੰਨ ਲਓ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਬਾਪੂ, ਹਾਂਜੀ, ਅਤੇ ਮੰਨ ਲਓ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ, ਆਪਦੇ ਪੁੱਤਰਾਂ ਨੂੰ ਕਿਵੇਂ ਮੰਨ ਲਓ ਜ਼ਿੰਦਗੀ ਦੇ ਆਪਾਂ ਕੀ ਪ੍ਰੇਰਿਤ ਕੀਤਾ ਵੀ ਚੜ੍ਹਦੀ ਕਲਾ ਵਾਸਤੇ? ਮੈਂ ਉਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਭਾਈ ਸੱਚ ਬੋਲੋ, ਸੱਚ ਬੋਲੋ। ਕਿਸੇ ਵੀ ਮਤਲਬ ਤੁਹਾਡਾ ਜਿਹੜਾ ਜਾਨੀ ਪੁਰਾਣੀ ਦਾਰੋਮਦਾਰ ਵਿੱਢਿਆ ਨਾ ਮੰਗਾਂ ਦਾ, ਇਹ ਭਾਂਡਮਣ ਸਾਹਿਬ ਨਾਲ ਚੱਲੂਗਾ। ਬੇਈਮਾਨੇ ਨਾਲ ਰੂਢ ਨਾਲ ਪੌਣੇ ਦੋ ਲੱਖ ਦੀ ਮਾਇਸ ਹੁੰਦੀ ਹੈ, ਬਾਹਲੀ ਸਿਆਣਪ ਕਰਕੇ ਕੀ ਕਰੋਗੇ? ਜੇ ਦੁੱਧ ਛੇਰਾਫੇਰੀ ਕਰੋਗੇ, ਝੂਠ ਸਵਾਲ ਮਾਰੋਗੇ, ਲੈ ਕੇ ਵੇਚੋਗੇ, ਗਲਤ ਕਰੋਗੇ, ਤਾਂ ਉੱਥੇ ਦੇਣਾ ਤਾਂ ਚੋਰੀ ਰੱਖ ਲਓਗੇ। ਹਾਂਜੀ, ਸਹੀ ਹੈ। ਜਿਹੜੀ ਉਸ ਤੋਂ ਮਗਰੋਂ ਖੇਤੀਬਾੜੀ ਹੈ ਉਹ ਅਸੀਂ ਮਤਲਬ ਵੀ ਜਿਹੜਾ ਵੀ ਕੁਛ ਹੈ, ਕੋਈ ਤਾਂ ਪਹਿਲਾਂ ਤਿਆਰ ਦਾ ਪਿਆਰ ਕਰਦੇ ਹਾਂ, ਫਿਰ ਤੂੜੀ ਦਾ ਅਤੇ ਕਣਕ ਦਾ ਪਿਆਰ ਕਰਦੇ ਹਾਂ। ਹੁਣ ਝੋਨਾ ਸਾਰੀ ਮੰਡੀ 'ਚੋਂ ਸੇਲ ਵੀ ਨਹੀਂ ਵੇਚਿਆ ਜੀ। ਅੱਛਾ, ਮੰਡੀ 'ਚ ਪਿਆ ਸਾਰਾ ਝੋਨਾ? ਮੰਡੀ 'ਚ ਨਾ ਗਏ, ਮੰਡੀ 'ਚ ਉਸ ਤਰ੍ਹਾਂ ਨਹੀਂ ਪਿਆ। ਅੱਛਾ, ਵੀ ਜੇ ਅਸੀਂ ਕਹਿੰਦੇ ਕਿਸਾਨਾਂ ਦੇ ਨਾਲ ਵੀ ਸਾਡੇ ਨੂੰ ਮਹੀਨਾ ਹੋ ਗਿਆ, ਉੱਥੇ ਆ ਕੇ ਕਿਸੇ ਨੇ ਪੁੱਛ ਲੈਣ ਤਾਂ 10 ਦਿਨ ਹੋਇਆ ਜੀ, 17 ਤਰੀਕ ਨੂੰ ਵੱਢਿਆ ਜੀ, ਅੱਜ 27 ਤਰੀਕ ਜਾਂ 28 ਹੈ, ਅੱਜ ਝੋਨਾ ਉਸ ਨਾਲ ਹਾਲਾਤ ਆ ਦੂਜੇ ਨਾਲ ਮੰਡੀ 'ਚ ਪਿਆ। ਵੈਸੇ 10 ਦਿਨ ਦੇਖਿਆ ਤਾਂ ਨਹੀਂ? ਹਾਂ, ਨਾ ਨਾ ਜੀ। ਹਾਂਜੀ, ਅਤੇ ਬਾਬੂ ਫਿਰ ਇਹ ਕਿੱਦਾਂ ਚੱਲੂਗਾ ਕੰਮ? ਮੰਨ ਲਓ ਦੇਖਿਆ ਜਾਵੇ ਕਿਸਾਨ ਦੇ ਆਪਦੀਆਂ ਮੁਸ਼ਕਲਾਂ ਨੇ। ਹਾਂਜੀ, ਦੇਖੋ ਮੰਡੀਆਂ 'ਚ ਝੋਨਾ ਵੇਖ ਨਹੀਂ ਰਿਹਾ। ਹਾਂਜੀ, ਠੀਕ ਆ, ਕਣਕ ਮੰਨ ਲਾ ਜਿਹੜੀ ਹੈਗੀ 2 ਮਹੀਨੇ ਨੂੰ ਵੱਢਣ ਵਾਲੀ ਹੋ ਜਾਣੀ ਬਾਬੂ,
ਤੇ ਜੇ ਹਜੇ ਮੈਨੂੰ ਲੱਗਦਾ ਘੱਟੋ ਘੱਟ 15-20 ਦਿਨ ਹਜੇ ਮੰਡੀਆਂ ਖਾਲੀ ਨਹੀਂ ਹੁੰਦੀਆਂ, ਨਹੀਂ ਹੁੰਦੀਆਂ ਜੀ। ਉੱਥੇ ਤਾਂ ਸਰਕਾਰਾਂ ਆ ਕੇ ਇਹ ਦੇਖਦੀਆਂ ਨਹੀਂ ਜਾਂ ਮੌਕੇ ਦੇ ਜਿਹੜੇ ਮੰਨ ਲਓ ਪ੍ਰਸ਼ਾਸਨ ਜੇ ਕਿਸੇ ਨੇ ਅੱਗ ਲਾਤੀ ਉੱਥੇ ਤਾਂ SSP ਸਾਹਿਬਾਨ ਮੰਨ ਲਓ SDM ਸਾਹਿਬ ਪੂਰੇ ਦਾ ਪੂਰਾ ਲੈ ਕੇ ਪਹੁੰਚ ਜਾਂਦੇ ਆ। ਮੰਡੀਆਂ 'ਚ ਇੰਸਪੈਕਟਰਾਂ ਨੂੰ ਜਿਹੜਾ ਹੈਗਾ ਬੁਲਾ ਬੁਲਾ ਕੇ ਲਿਆਉਣਾ ਪੈਂਦਾ, ਇਹਨੂੰ ਕਿਵੇਂ ਦੇਖਦੇ ਹੋ ਫਿਰ ਤੁਸੀਂ? ਇਹ ਜਿਹੜੀ ਹੈ ਨਾ ਜੀ ਗੱਲ, ਜਾਂ ਤਾਂ ਉਹਨਾਂ ਕੋਲ ਜਿਹੜੇ ਦਰਪਣਦਾਰ ਦਰਜਾ ਹੁੰਦਾ ਹੈ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਨਾਲ ਜਿਵੇਂ SP ਸਾਹਿਬ ਦਾ ਉੱਚਾ ਦਰਜਾ ਹੋ ਗਿਆ, ਦੂਜੇ ਛੋਟੀਆਂ ਮੁਲਾਜ਼ਮਾਂ ਛੋਟੇ ਦਰਜੇ ਹੋ ਗਏ, ਉਹਨਾਂ ਦੇ ਤਹਿਤ ਰਹਿਣਾ ਪੈਂਦਾ। ਫਿਰ ਜਿਹੜੀ ਸਾਰਿਆਂ ਨੂੰ ਵੱਡੀਆਂ ਵਾਰੀਆਂ, ਮਾਸਟਰ ਕਿਵੇਂ ਨਰਵਾਈ ਤੋਂ ਬਿਨਾਂ ਬੱਚਿਆਂ ਨੂੰ ਪੜ੍ਹਾ ਦੂਗਾ, ਅਤੇ ਜੇ ਬੱਚੇ ਦੇ ਇਕੱਲੇ ਦੇ ਸਤਾਈ ਨਹੀਂ ਵਰਤੇ ਤਾਂ ਬੱਚੇ ਮਿਲਦੇ ਨਹੀਂ। ਜੇ ਪੁਲਿਸ ਚਮੜੀ ਸਤਾਈ ਨਾ ਤਾਂ ਮਾੜੇ ਨੂੰ ਛੱਡੇ ਕੌਣ? ਜੇ ਫੌਜ ਆਪਣੇ ਜ਼ਿੰਮੇਵਾਰ ਨਾ ਹੋਵੇ ਤਾਂ ਫਿਰ ਆਪਾਂ ਬੱਸਾਂ ਕਾਹਤੇ? ਇਹੋ ਜਿਹੀਆਂ ਹਦਾਇਤਾਂ ਮਾਜ ਨੇ ਮੂਜ ਹੁੰਦੀਆਂ ਸਿਰ, ਬਾਕੀ ਜੇ ਕਾਂਬਲਾ ਰਾਂਬਲਾ ਅੰਦਰ ਇਹੋ ਜਿਹੀ ਗੱਲ ਰੱਖਾਂਗੇ ਜਿਹੜੀ ਚਾਲਣਾ ਹੋਵੇ, ਨਜਾਇਜ਼ ਨਹੀਂ। ਨਹੀਂ ਬਾਬੂ, ਮੰਨ ਲਓ ਆਪਾਂ ਤਾਂ ਇਹ ਜਿਹੜੀ ਗੱਲ, ਮੰਨ ਲਓ ਜਦੋਂ ਤੁਹਾਡੇ ਇਹ ਜਦੋਂ ਵੀਡੀਓ ਵਾਇਰਲ ਹੋਈ, ਤੁਹਾਨੂੰ ਫਿਰ ਕਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਕਿੰਨਾ ਨੇ? ਬੱਚਿਆਂ ਨੂੰ ਬਹੁਤ ਕੁਛ ਕਿਹਾ, ਮੈਂ ਕਿਸੇ ਨੇ ਵੀ ਕੁਛ ਕਿਹਾ ਜੀ? ਬੱਚਿਆਂ ਨੂੰ ਤਾਂ ਆਉਂਦੀਆਂ ਨੇ, ਮੈਂ ਆਪ ਵੀ ਨਹੀਂ ਵੇਖੀ ਅੱਖੀ। ਅੱਛਾ, ਇੱਕ ਦਿਨ ਉਹਨਾਂ ਨੂੰ ਕਹਿੰਦੇ ਵੀ ਜਿਹੜਾ ਵੀ ਕਰਨਾ ਵੀ ਕਿਸੇ ਤੋਂ ਡਰਨਾ ਨਹੀਂ, ਡਰਾਉਣਾ ਨਹੀਂ ਭਾਈ, ਜੋ ਪਰਮਾਤਮਾ ਨੇ ਕਰਨਾ ਉਹ ਜ਼ਿੰਦਗੀ ਦੇ ਨਾਲ ਹੈ, ਪਾਉਣਾ ਹੈ। 9 ਸਾਲ ਦੇ 7 ਸਾਲ ਦੇ ਬੱਚੇ ਨੇ ਜਬਰ ਦਿਖਾਇਆ, 10ਵੇਂ ਪਾਤਸ਼ਾਹ ਨੂੰ ਬਿਲਕੁਲ ਪਤਾ ਸੀ ਵੀ ਉਹਨਾਂ ਨੇ ਮੋਹਰਾਂ ਦੇ ਸੰਸਕਾਰ ਹੋਣਾ ਮਾਤਾ ਜੀ ਦੇ ਬੱਚਿਆਂ ਦਾ। ਖੇਰੂ ਫਕੀਰੂ ਸਰਦਾਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਜਦੋਂ ਹੋਏ ਨਾ ਧਰਮ ਪਟਨਾ ਸਾਹਿਬ ਦਾ ਨਮਾਜ਼ ਪਟ ਇੱਥੇ ਆ ਕਰਿਆ, ਅਤੇ ਸਰਦਾਰ ਸਾਹਿਬ ਪਹਾੜੀ ਰਾਜਿਆਂ ਦੇ ਬੱਚੇ ਹੋ ਗਏ, ਗੁਰੂ ਤੇਗ ਬਹਾਦਰ ਜੀ ਨੂੰ ਰਾਣੀ ਸਾਰਿਆਂ ਨਾਲੋਂ ਪੈਰੇ ਨੇ, ਰਾਣੀ ਨੂੰ ਇੰਡੀਆ 'ਚੋਂ ਪੈਦਾ ਹੋ ਗਈ। ਫਿਰ ਉਹਨੂੰ ਕਿਹਾ ਗਿਆ ਵੀ ਤੁਸੀਂ ਕੁਛ ਲੈ ਲਓ, ਉਹ ਕਹਿੰਦੀ ਨਹੀਂ ਅਸੀਂ ਤਾਂ ਕਦਰ ਕੱਟਣ ਵਾਸਤੇ ਆਏ। ਦੂਸਰਾ ਵੇ ਕਹਿੰਦੇ ਕਦੋਂ ਲੈ ਲਓ, ਕਹਿੰਦਾ ਫਿਰ 5 ਪਿੰਡ ਦੇ ਲਈ ਇੱਥੋਂ ਉੱਜੜ ਕੇ ਗਏ ਨੇ, 5 ਪਿੰਡਾਂ ਦੀ ਧਰਤੀ, ਬਾਬ ਜਗਰਦੌਰੀ, ਬਾਬ ਜਨਤਕਾਲ, ਸਭ ਕੁਛ ਕਰਾ ਕੇ ਦੇ ਦੇ ਅਤੇ ਬੁਰਾ ਨਾ ਮੰਨ ਲਓ। ਫਿਰ ਬੁਰਾ ਨਾ ਖਰੀਦੀ ਹੈ ਜਦੋਂ ਮਾਖੇ ਪਿੰਡ ਦੀ ਧਰਤੀ ਅਨੰਦਪੁਰ ਸਾਹਿਬ ਹੈ ਕਿਲ੍ਹਾ, ਜਦੋਂ ਦੀ ਨੌਂ ਪੱਟੀ ਗਈ ਤਾਂ ਉਹਨਾਂ ਨੇ ਉੱਥੇ ਕਿਹਾ ਵੀ ਕੀ ਪੈਂਦਾ, ਤਾਂ ਮੇਰੇ ਸਾਹਿਬ ਨੇ ਉੱਜੜ ਖੇੜਾ ਕਿਹਾ, ਉੱਜੜ ਕੇ ਦਿਖਾਇਆ ਹੈ। ਮੈਂ ਤਾਂ ਦੇਵ ਸਾਹਿਬ ਕੋਲ ਨੂੰ ਸਭ ਕੋਲ ਬਖਸ਼ਿਆ ਵੈ। ਦੇਖ ਲਓ ਜਿਹੜਾ ਹੈਗਾ, ਕਿਉਂਕਿ ਬਾਣੀ ਦੇ ਲੜ ਲੱਗਿਆ ਹੋਇਆ ਪਰਿਵਾਰ ਆ, ਅਤੇ ਬਾਪੂ ਨਾਲ ਅਸੀਂ ਗੱਲਾਂ ਪਿੱਛੇ ਚਾਹ ਪੀਂਦੇ ਨਾ, ਅਸੀਂ ਗੱਲਾਂ ਪਤਾ ਕਰ ਰਹੇ ਹਾਂ। ਬਾਪੂ ਕਹਿੰਦਾ ਜੱਟ ਬੂਟ ਹਜਵੇ, ਕਿਉਂਕਿ ਇਹਨਾਂ ਨੇ ਹਮੇਸ਼ਾ ਉਹਦੇ ਬੱਚਿਆਂ ਨੂੰ ਜਿਹੜਾ ਇਹੀ ਸਿੱਖਿਆ ਦਿੱਤੀ ਵੀ ਨਿਰਭਾਓ ਨਿਰਵੈਰ ਰਹਿਣਾ, ਕਿਸੇ ਤੋਂ ਡਰਨਾ ਨਹੀਂ, ਠੀਕ ਆ, ਸੱਚ 'ਤੇ ਪਹਿਰਾ ਦੇਣਾ। ਇਹ ਕਹਿੰਦੇ ਵੀ ਆਪਾਂ ਮੁੱਕਰ ਵੀ ਸਕਦੇ ਸੀ, ਅਸੀਂ ਨਹੀਂ ਲਾਈ ਜਾਂ ਕੁਛ ਵੀ ਹੈ ਨਾ। ਅਤੇ ਬਾਪੂ ਮਾੜੀ ਜੀ ਤੁਸੀਂ ਜੱਟ ਬੂਟ ਵਾਲੀ ਗੱਲ ਦੱਸੋ, ਕੀ ਹੁੰਦੀ ਮਤਲਬ ਜੱਟ ਬੂਟ ਦਾ ਮਤਲਬ ਕੀ? ਜੱਟ ਬੂਟ ਦਾ ਸਾਡੇ ਮੂੰਹ 'ਤੇ ਚੜਿਆ ਹੋਇਆ ਹੁੰਦਾ ਜੀ, ਵੀ ਮਤਲਬ ਜਿਵੇਂ ਹੁਣ ਉਹਨਾਂ ਨੇ ਕਹਿੰਦਾ ਵੀ ਅਸੀਂ ਭਾਈ ਜੱਟਾਂ ਦੇ ਪੁੱਤਾਂ 'ਤੇ ਪੈਂਦੀ ਹੈ, ਉਹਨਾਂ ਦੀ ਮਾੜੀ ਜੀ ਅੰਦਰ ਸ਼ਿਕਸ਼ਾ, ਅਸੀਂ ਦੂਜੇ ਜੱਟ ਬੂਟ ਕਰਨ ਲੱਗ ਜਾਂਦੇ। ਬਾਪੂ ਕਹਿੰਦਾ ਵੀ ਆਪਾਂ ਆਪਦੇ ਪੁੱਤਰਾਂ ਨੂੰ ਇਹੀ ਸਿਖਾਇਆ ਸੀਗਾ ਵੀ ਜੇ ਆਪਾਂ ਜੋ ਕਹੇ ਤਾਂ ਆਪਾਂ ਜੋ ਆਪਣੇ ਦਿਲੋਂ ਵੀ ਆਪਾਂ ਮੁੱਕਰਨਾ ਨਹੀਂ, ਕਹਿਣ ਨੂੰ ਤਾਂ ਉਹ ਵੀ ਕਹਿ ਸਕਦੇ ਸੀ ਯਾਰ ਵੀ ਅਸੀਂ ਤਾਂ ਲਾਈ ਨਹੀਂ ਅਸੀਂ ਸਾਹਿਬਾਨ। ਉਹ ਕਹਿੰਦਾ ਵੀ ਠੀਕ ਆ, ਕੋਈ ਪਰਚੇ ਜੱਟਾਂ ਦੇ ਹੁੰਦੇ ਆ, ਫਿਰ ਪੈ ਜਾਣ ਦੇ ਵਾਸਤੇ ਹੁਣ ਇਹਦਾ ਝੱਲਾਂਗੇ। ਪਰ ਇੱਕ ਗੱਲ ਆ ਵੀ ਇਹ ਨਾ ਇੱਕ ਪਰਿਵਾਰ ਬਹੁਤ ਵਧੀਆ, ਮੈਂ ਤੁਹਾਨੂੰ ਦੱਸਾਂ ਵੀ ਇੱਥੇ ਬਾਪੂ ਨੇ ਸਾਰਾ ਕੁਝ ਦੇਖਿਆ, ਨਾਲ ਇੱਧਰਲੇ ਪਾਸੇ ਮਾੜਾ ਦਿਖਾਇਓ ਕਿ ਆਹ ਨਾਲ ਭਾਰਤ ਮਾਲਾ ਪ੍ਰੋਜੈਕਟ ਨਿਕਲਿਆ ਇਹਨਾਂ ਦੇ ਨਾਲ ਦੇ ਪਿੰਡ ਦੇ, ਇੱਥੋਂ ਕਈ ਸਟੋਰੀਆਂ। ਬਾਪੂ ਜਦੋਂ ਆਹ ਜਦੋਂ ਆਹ ਲਾਈਨ ਕੱਢੀ ਹੈ ਭਾਰਤ ਮਾਲਾ ਪ੍ਰੋਜੈਕਟ, ਕਹਿੰਦਾ ਇਹਨੂੰ ਕਹਿੰਦੇ ਵਿਕਾਸ ਹੋ ਰਿਹਾ, ਅਤੇ ਇਹਨੂੰ ਕਿਵੇਂ ਦੇਖਦੇ ਹੋ ਵੀ ਜਦੋਂ ਲੋਕਾਂ ਦੇ ਬਾਹਾਂ ਦੀਆਂ ਕਾਤਰਾਂ ਹੋਈਆਂ ਉਹ ਕਿੱਥੇ ਗਏ ਆ, ਕਿਵੇਂ ਤੁਹਾਡੇ ਪਿੰਡ 'ਚ ਕਿੰਨਾ ਕੁ ਨੁਕਸਾਨ ਹੋਇਆ ਜੀ? ਸਾਡੇ ਪਿੰਡ 'ਚ ਬੇਉਰਕਾ ਜਿਹਾ ਨੁਕਸਾਨ ਹੋਇਆ ਜੀ, 3 ਪੱਤੀਆਂ ਦਾ ਹੋਇਆ। ਅੱਛਾ, ਪਹਿਲਾਂ ਕਰਮਚੰਦ ਪੱਤੀ ਦੇ ਇੱਧਰੋਂ ਲਹਿਰਾ ਮੰਨੂ ਆ ਕੇ, ਫਿਰ ਪੱਤੀ ਕਾਲਾ ਦਾ, ਫਿਰ ਸੌੜ ਦਾ, ਜਿੱਥੇ ਜਾ ਕੇ ਇਹਨਾਂ ਦਾ ਮੋੜ ਬਣਿਆ ਜਾ ਕੇ ਉਹਨੂੰ ਕੀ ਕਹਿੰਦੇ ਚੌਂਕ, ਉਹ ਪਸੰਦੀ ਪੱਤੀ ਜੀ ਜੀ ਸਿਧਾਣਿਆਂ ਕੋਲ। ਅੱਛਾ, ਜੇ ਬੇਉੜਕੀ ਜ਼ਮੀਨ ਦੀਆਂ ਕਾਤਰਾਂ ਬਣ ਗਈਆਂ, ਬੇਉੜਕੇ ਨੁਕਸਾਨਾਂ 'ਤੇ ਭੀੜਾਂ ਪੰਗਾਂ, ਬੇਉੜ ਕੇ ਕਿਸਾਨਾਂ ਦੇ ਪੈਸੇ ਵੱਧ ਕਹਿ ਕੇ ਪਹਾਵਰਾ ਦੇ ਕੇ 5 ਕਨਾਲਾਂ ਅਤੇ 10 ਮਰਲੇ ਵਾਹਣ ਲਿਆ, ਕਿੱਲਾ ਬਰਬਾਦ ਹੋਇਆ, ਅਤੇ ਉਹਨਾਂ ਦੇ ਪਿੰਡ 'ਚ ਘਰਾਂ 'ਚ ਇੱਦਾਂ ਹੀ ਵਿਆਹ ਪਏਗੀ, ਭਰਾਵਾਂ ਨੂੰ ਭਰਾ,
ਬਹੁਤ ਦੂਰ ਰਿਸ਼ਤੇ ਦੋਸਤੇ ਹੈ, ਉਹ ਕਹਿੰਦੇ ਤੀਰੀ ਜੀ ਮੇਰੀ ਨਹੀਂ ਆਈ, ਨਾਲੇ ਪੈਸੇ ਚੱਕ ਲਏ, ਸਰਕਾਰ ਦਾ ਚੈੱਕ ਉਹਦੇ ਨਾਲ ਤਾਂ ਆਇਆ ਸੀ, ਸਰਕੀਆਂ ਖੇਪਟਾਂ 'ਚ, ਅਤੇ ਨਾਲੇ ਬਾਹਰ ਨਹੀਂ ਛੱਡਦੇ, ਤਕਸੀਮਾਂ ਹੋਈਆਂ ਨਹੀਂ ਸੀਗੀਆਂ, ਸਾਰਿਆਂ ਦੇ ਨਾਂ ਆ ਗਿਆ ਚੈੱਕ, ਕਿਉਂਕਿ ਹੈ ਹਾਂ ਸਾਂਝਾ ਖਾਤਾ, ਤਕਸੀਮਾਂ ਨਹੀਂ ਹੋਈਆਂ ਸੀ ਨਾ, ਉਹ ਸਾਰੀਆਂ ਚੀਜ਼ਾਂ ਆਈਆਂ। ਦੇਖ ਲਓ ਵੀ ਇਹ ਸੰਤਾਪ ਬਾਪੂ ਨੇੜੇ ਹੰਡਾ, ਬਾਪੂ ਦੀ ਉਮਰ ਆ ਜਿਹੜੀ ਲਗਭਗ ਬਾਪੂ ਦੱਸਦੇ ਆ 82 ਸਾਲ ਦੇ ਨੇ, ਠੀਕ ਹੈ, ਇਹਨਾਂ ਨੇ ਸਾਰਾ ਕੁਝ ਦੇਖਿਆ ਵਾ, ਮੰਨ ਲਾ ਵੰਡ ਵੀ ਦੇਖੀ ਵੀ ਦੇਸ਼ ਦੀ ਇੱਥੋਂ ਤੱਕ ਕੇ, ਹੈ ਨਾ ਬਾਪੂ 40-60 ਵੰਡ ਵੀ। ਅਤੇ ਤੁਸੀਂ ਇੱਕ ਗੱਲ ਦੇਖ ਲਓ, ਬਾਪੂ ਨੇ ਜਿਹੜਾ ਹੈਗਾ ਅੰਦਰ ਨੂੰ ਆਪਾਂ ਦਿਖਾ ਦਿਓ ਬਾਪੂ, ਇਹ ਬਿਲਕੁਲ ਜਿਵੇਂ ਅੱਜ ਪੰਜਾਬ ਦੇ ਵਿੱਚ ਹਰ ਇੱਕ ਨੂੰ ਆ ਕੇ ਅਸੀਂ ਬਾਹਰ ਚਲੇ ਜਾਈਏ, ਬਾਪੂ ਨੇ ਆਪਦੇ ਨਾ ਪੁੱਤ ਬਾਹਰ ਭੇਜੇ, ਨਾ ਪੋਤਰਾ ਨਾ ਪੋਤਰੀ, ਹੈ ਨਾ, ਉਹਨਾਂ ਨੂੰ ਇੱਥੇ ਦਸਾਂ ਨਹਾਂ ਦੀ ਕਿਰਤ ਕਰਨੀ ਸਿਖਾਈ, ਉਹੀ ਚੀਜ਼ਾਂ ਜਿਹੜੀਆਂ ਕਿ ਮਾਲਵੇ ਦੀ ਧਰਤੀ ਖਾਸ ਕਰਕੇ ਜਿਹੜੀਆਂ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਸਿੱਖਿਆਵਾਂ ਦਿੱਤੀਆਂ, ਇਹ ਉਹ ਪਰਿਵਾਰ ਆ ਜਿਹੜਾ ਉਹ ਸਿੱਖਿਆਵਾਂ 'ਤੇ ਚੱਲਦਾ। ਅੰਦਰ ਮੰਨ ਲਓ ਆਪਾਂ ਮਾੜਾ, ਤੁਸੀਂ ਇੱਥੇ ਖੜ੍ਹਦੇ ਬਾਪੂ, ਕੋਈ ਨਹੀਂ, ਅੰਦਰੋਂ ਮਾੜਾ ਦਿਖਾ ਵੀ ਇਹਨਾਂ ਦਾ ਮੇਨ ਜਿਹੜਾ ਹੈਗਾ, ਤੁਸੀਂ ਅੰਦਰੋਂ ਦਿਖਾਇਆ ਵੀ ਮੇਨ ਕੰਮ ਆ ਜਿਹੜਾ ਉਹ ਡੇਅਰੀ ਫਾਰਮਿੰਗ ਦਾ ਨਾਲ ਨਾਲ, ਹੈ ਨਾ, ਦੁੱਧ ਪਾ ਕੇ ਗੁਜ਼ਾਰਾ ਜਿਹੜਾ ਹੈਗਾ ਆਪਦੀ ਜ਼ਿੰਦਗੀ ਬਸਰ ਕਰਦੇ ਆ, ਸੋਹਣਾ ਜ਼ਿੰਦਗੀ ਗੁਜ਼ਾਰਾ, ਸਿੱਧਾ ਆਪਾਂ ਕਹੀਏ ਜੱਟ ਪਰਿਵਾਰ ਆ ਬਾਪੂ। ਇਹ ਫਿਰ ਤੁਹਾਨੂੰ ਜਿਹੜਾ ਹੈਗਾ ਡੇਅਰੀ ਫਾਰਮਿੰਗ ਆ, ਬਹੁਤ ਬੰਦੇ ਤਾਂ ਇਹ ਚੀਜ਼ਾਂ ਕਹਿ ਕੇ ਛੱਡ ਗਏ ਵੀ ਯਾਰ ਜਿਹੜਾ ਪਸ਼ੂਆਂ 'ਚ ਬਾਜਦਾ ਕੁਛ ਨਹੀਂ ਗਾ, ਠੀਕ ਆ, ਕਿਹੜਾ ਗੋਹਾ ਚੱਕੂਗਾ ਇਹਨੂੰ, ਅਤੇ ਤੁਸੀਂ ਕਹਿੰਦੇ ਹੋ ਵੀ ਇਹ ਧੰਦਾ ਠੀਕ ਹੈ, ਇਹ ਕਿਵੇਂ ਇਹ ਸਾਡੇ 'ਤੇ ਜਿਹੜੀ ਕਿਰਪਾ ਹੈ ਜੀ ਬਾਬਾ ਜੀ ਸ਼ੇਰ ਸਿੰਘ ਨੇ, ਜੇ ਆਹ ਇਕੱਲਾ ਮੇਰਾ ਸੀਗਾ ਤੀਜੀ ਪਾਤਸ਼ਾਹੀ ਤੋਂ ਅਸੀਂ ਰੋਡਾ ਸਾਹਿਬ ਜਾਂਦੇ ਸੀ ਜੀ, ਅਤੇ ਉੱਥੇ 4-8-7 ਮੰਗਾਂ ਸੀ, ਉਹ ਬੈਠੀਆਂ ਸੀ, ਅਸੀਂ ਪਿਸ਼ਾਬ ਕਰਕੇ ਹੱਥ ਧੋਣ ਲੱਗੇ, ਉਹ ਕਹਿੰਦੇ ਕਿੱਡੇ ਨਾਲ 'ਚ ਬੈਠੀਆਂ, ਆਪਣਾ ਕੋਈ ਬੰਦਾ ਇਹ ਗੱਲ ਕਰਦਾ ਨਹੀਂ, ਮੈਂ ਉਹਨਾਂ ਨੂੰ ਕਿਹਾ ਜੇ ਕੋਈ ਸਾਡਾ, ਉਹ ਕਹਿੰਦੇ ਵੀ ਸਾਨੂੰ ਜਗਾ ਦਿਓ, ਆ ਉਹਨਾਂ ਦੀ ਦੇਣ ਦਿੱਤੀ ਵੀ ਆ ਸਾਰੀ, ਮੈਨੂੰ ਤਾਂ ਬਹੁਤ ਕੁਛ ਵੱਜਦਾ, ਗੱਲ ਕਿਸੇ ਨੇ ਦੇਖਿਆ ਨਹੀਂ, ਇੱਕ ਤਾਂ ਦੁੱਧ 80 ਰੁਪਏ ਪੈਂਦਾ ਹੈ, ਪਹਿਲਾਂ ਇੱਥੋਂ ਚੱਲ ਕੇ ਆਪਦੇ ਅਸੀਂ ਕਾਰੋਬਾਰ ਕਰਕੇ ਉੱਥੇ ਜਾਇਦਾਦ ਬਣਾਈ, ਮਹਾਜਨਾਂ ਤੋਂ ਕੀ ਗੱਲ ਕਹਾਈ ਵੀ ਭਾਈ ਤੁਸੀਂ ਬਾਪੂ ਜੀ ਜਿੰਨਾ ਮਰਜ਼ੀ ਕੰਮ ਕਰ ਲਓ, ਤੁਹਾਡਾ ਨੌਰੇ ਵੱਧਦਾ ਬਹੁਤ ਵਧੀਆ ਆਊਗਾ, ਇਹ ਤੁਹਾਨੂੰ ਬਹੁਤ ਵੱਡੀ ਆਮਦਨ ਦੇਊਗਾ। ਫਿਰ ਆ ਜਿਹੜੀ ਆਈ ਹੈ ਹੁਣ ਤੁਸੀਂ ਮੰਨ ਲਓ ਗੱਲ ਵੀ ਛੋਟੇ ਜ਼ਿਮੀਂਦਾਰ ਹੋਏ ਕਿ ਤੇ ਇਕੱਲੀ ਵਾਹੀ ਨਾ ਕਿਵੇਂ ਐਡਾ ਜਗਾੜ ਖਾਣਾ ਪੈ ਜਾਂਦਾ, ਸਾਈਡ ਬਿਜ਼ਨਸ ਨਾ ਪਿਆ ਜੀ। ਸਹੀ ਹੈ, ਸੋ ਬਾਪੂ ਨੇ ਦੇਖ ਲਓ ਜੇ ਆਪਾਂ ਦਿਖਾਇਆ ਜਾਵੇ ਤਾਂ ਬਾਪੂ ਦਾ ਮਤਲਬ 4-5 ਹਜ਼ਾਰ ਸਕੇਅਰ ਮੀਟਰ ਦੇ ਏਰੀਆ ਦੇ ਵਿੱਚ ਘਰ ਆਏ ਜੇ ਦੇਖਿਆ, ਹੈ ਨਾ, ਇੱਧਰਲੇ ਪਾਸੇ ਆਪਾਂ ਦਿਖਾ ਦਈਏ ਤਾਂ ਇੱਧਰ ਜਿਹੜਾ ਹੈਗਾ ਆਹੀ ਉਹ ਜਗ੍ਹਾ ਜਿੱਥੇ ਆਪਾਂ ਕਹੀਏ ਅੱਗ ਲਾਈ ਗਈ ਸੀ, ਜਿੱਥੇ SSP ਮੈਡਮ ਆਏ, ਹੈ ਨਾ, ਜਾਂ ਦੂਸਰੇ ਆਏ, ਪਰ ਇੱਕ ਗੱਲ ਆ ਵੀ ਸਹੀ ਗੱਲ ਆ ਵੀ ਜਿਵੇਂ ਉਹ ਕਹਿੰਦੇ ਵੀ ਕਾਬਲ ਦੇ ਜੰਮਿਆਂ ਨੂੰ ਜਿਹੜੀਆਂ ਨਿੱਤ ਮਹਿਮਾਂ ਹੁੰਦੀਆਂ ਸੀਗੀਆਂ, ਉਵੇਂ ਜਿਹੜੀਆਂ ਭੀੜਾਂ ਬਾਪੂ ਨੇ ਵੀ ਜ਼ਿੰਦਗੀ 'ਚ ਬਹੁਤ ਹੰਡਾਈਆਂ। ਬਾਪੂ ਜੀ ਫਿਰ ਮੰਨ ਲਓ ਕਿਸੇ ਨੇ ਤੁਹਾਨੂੰ ਆ ਕੇ ਨਹੀਂ ਡਰਾਇਆ, ਕਿਸੇ ਨੇ ਕਿਹਾ ਨਹੀਂ ਆਏ ਵੀ ਯਾਰ ਆ ਤਾਂ ਬਹੁਤ ਬੱਚਿਆਂ ਨੂੰ ਕਹਿ ਨਹੀਂ ਸਕਦਾ ਜੀ, ਸੋਨੂੰ ਕੋਲੇ ਨਹੀਂ ਪਿਆਉਂਦਾ ਜੀ, ਉਹਨਾਂ ਨੂੰ ਆਇਆ ਸੁਣੀ ਰਸਨ ਇੱਥੇ ਪੇਟ ਪਾੜੋ ਰਸ ਵੀ ਨਾਲ ਤਾਂ ਨਿਕਲਦਾ ਜੀ। ਅਤੇ ਬਾਪੂ ਮੰਨ ਲਓ ਫਿਰ ਜਿਹੜਾ ਹੈਗਾ ਹੁਣ ਕਿੱਦਾਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ, ਅੱਗੇ ਆਉਣ ਵਾਲਾ ਸਮਾਂ ਕਿਵੇਂ ਦੇਖਦੇ ਹੋ? ਅੱਗੇ ਆਉਣ ਵਾਲਾ ਸਮਾਂ 'ਚ ਭਿਆਨਕ ਹੀ ਆਊਗੀ, ਸਹੀ ਤਰ੍ਹਾਂ ਨਹੀਂ ਸਕਦਾ, ਭਿਆਨਕ ਵਾਲਾ ਸਮਾਂ ਆਉਂਦਾ ਜਾਂਦਾ, ਅਸੀਂ ਥੋੜ੍ਹਾ ਜਿਹਾ ਨਾ ਮਤਲਬ ਪਹਿਰਾ ਦੇ ਕੇ ਸਾਰਾ ਕੁਝ ਦੇ ਕੇ, ਹੁਣ ਜਿਹੜਾ ਦਿੱਲੀ ਵਾਲਾ ਦਰੂਮਦਾਰ ਸੀ, ਹਾਂਜੀ, ਕਿੱਡਾ ਵੱਡਾ ਕਾਂਡ ਸੀ, ਕਿੱਡਾ ਵੱਡਾ ਜੀਤ ਸੀ, ਸਤਿਗੁਰਾਂ ਨੇ ਇਹ ਗੱਲ ਕਹੀ ਸੀ ਵੀ 19 ਵਾਰ ਜਿੱਤੀਏ ਜਿੱਤਾਂਗੇ ਫੇਰ ਵੀ, ਸਾਡਾ ਦਿੱਲੀ ਦਾ ਸਾਕਾ ਉਹ ਵੇਖਿਆ ਵਾ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਗਏ ਨਾ ਰੱਖਿਆ ਵਾਸਤੇ, ਅਤੇ ਉਹਨਾਂ ਨੂੰ ਤੀਸਰੀ ਭੋਰੇ 'ਚ ਤਾਰਿਆ ਗਿਆ ਸੀ, ਅਤੇ ਉੱਥੇ ਭੂਤਾਂ ਦਾ ਵਾਸ ਸੀ, ਅਤੇ 5 ਜੇਠਾ ਸਿੰਘ ਵਰਗੇ ਵਿਧੀ ਚੰਦ ਵਰਗੇ ਨਾਲ ਸੀ, ਅਤੇ ਸਰਦਾਰ ਸੀ ਲੱਗੇ ਮਹਾਰਾਜ ਦਾ ਨਾਂ, ਅਤੇ ਉਹਨਾਂ ਨੇ ਭੂਤਾਂ ਤੋਂ ਗੰਨੇ ਮੰਗਾ ਕੇ ਚੂਪ ਕੇ ਬਾਹਰਲੇ ਪਾਸੇ ਸਿੱਟੇ, ਗੰਡੀਰੀਆਂ ਬਣਾ ਕੇ ਬਾਹਰ ਸਿੱਟੀਆਂ, ਜਦੋਂ ਖਾਲਸਾ ਨੇ ਗੰਡੀਰੀਆਂ ਚੂਪ ਲਈਆਂ, ਉੱਥੇ ਜਾ ਕੇ ਇਹ ਗੱਲ ਕਹੀ ਹੈ ਵੀ ਭਾਈ ਖਾਲਸਾ ਜੀ ਅੰਦਰੋਂ ਤੁਸੀਂ ਹੁਕਮ ਕਰੋ, ਅਤੇ ਅਸੀਂ ਦਿੱਲੀ ਦਾ ਕੰਗਰਾ ਕੰਗਰਾ ਕਰ ਦਿੰਦੇ ਹਾਂ, ਜੇ ਸਾਡੇ ਅੰਦਰ ਕੰਗਰੇ ਦਾ ਬਾਸ ਫਸਿਆ ਵਾ, ਜਦੋਂ ਕੰਗਰਾ ਕਰਨ ਦਾ ਬੇੜਾ ਹੁੰਦਾ ਉੱਥੇ ਖੇਰ ਫਿਰ ਹੋ ਜਾਂਦੇ, 20-19 ਵਾਰ ਤਾਂ ਪਹਿਲਾਂ ਜੀ 20 ਵਾਰ ਜਿੱਤੇ ਪਏ ਹਾਂ, ਗਾਹਾਂ ਭਾਈ ਇਹਨਾਂ ਦੇ
ਮੋਦੀ ਵਰਗਿਆਂ ਦੇ ਥੋੜ੍ਹੇ ਜਿਹੇ ਫਾਹ ਪਏ ਵੀ ਹੁੰਦੇ ਨੇਗੇ, ਬਾਕੀ ਇੱਧਰਲਾ ਪਾਲਾ ਕੁਛ ਹੋਰ ਆ, ਉੱਧਰਲਾ ਕੁਛ ਹੋਰ ਹੈ। ਗਾਹ ਫਿਰ ਪਰਮਾਤਮਾ ਨੇ ਗਾਹ ਬਾਬਾ ਬਾਬੂ ਜੀ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਮੈਂ ਨਹੀਂ ਕੋਟ ਕੋਟ ਧੰਨਵਾਦ ਜੀ, ਦੁੱਖ ਸੁੱਖ ਜੋ ਵੱਖਾਂ ਭਾਖਿਆਂ ਕੋਲ ਤੁਹਾਡੇ ਕੋਲ ਬਾਗੀ ਇਹ। ਬਿਲਕੁਲ, ਸੋ ਅਸਲ ਦੇ ਵਿੱਚ ਜਿਹੜਾ ਹੈਗਾ ਇਹ ਹੀ ਮਤਲਬ ਬਹੁਤ ਘੱਟ ਲੋਕ ਬਚੇ ਆ ਪੰਜਾਬ ਦੇ ਵਿੱਚ ਜਿਹੜੇ ਇੰਨੇ ਮਿੱਟੀ ਨਾਲ ਜੁੜੇ ਹੋਏ ਆ, ਠੀਕ ਆ। ਜਿਸ ਤਰ੍ਹਾਂ ਬਜ਼ੁਰਗ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਉਹਦੇ ਬੱਚਿਆਂ ਨੂੰ ਆਪਦੇ ਪੁੱਤ ਪੋਤਿਆਂ ਨੂੰ ਉਹੀ ਕਿਤੇ ਚਲਾਇਆ ਜਿਹੜੀ ਵਾਗਡੋਰ ਬਾਬੇ ਨਾਨਕ ਨੇ ਫੜਾਈ ਸੀਗੀ ਸਾਨੂੰ, ਹੈ ਨਾ, ਵੀ ਜਿਹੜਾ ਉਹਨਾਂ ਨੇ ਖੁਦ ਖੇਤੀ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ ਇਹਦੀ ਨੀਂਹ ਰੱਖੀ, ਹੈ ਨਾ, ਵੀ ਜਿਹੜਾ ਉੱਤਮ ਖੇਤੀ ਆ ਧੰਦਾ। ਸੋ ਉਹੀ ਚੀਜ਼ ਤੋਂ ਜਿਹੜਾ ਹੈਗਾ ਪ੍ਰੇਰਨਾ ਲੈ ਕੇ ਅੱਜ ਸਾਰਾ ਖੇਤਾਂ ਨੂੰ ਵਗਾ ਰਿਹਾ। ਪਰ ਇੱਕ ਗੱਲ ਦੇਖੋ ਵੀ ਜਿਹੜਾ ਹੈਗਾ ਕਿਸਾਨ ਕੀ ਨਹੀਂ ਕਰ ਰਿਹਾ, ਕਿਸਾਨ ਆਪਦੀ ਫਸਲ ਵੀ ਉਗਾ ਰਿਹਾ, ਮੱਝਾਂ ਵੀ ਪਾਲ ਰਿਹਾ, ਨਾਲ ਉਹ ਵੀ ਇਹਨਾਂ ਨੂੰ ਦੁੱਖ ਝੱਲਣੇ ਪਏ ਕਿ ਜਦੋਂ ਭਾਰਤਮਾਲਾ ਪ੍ਰੋਜੈਕਟ ਨੇ ਇਹਨਾਂ ਦੀ ਜ਼ਮੀਨ ਕਤਰਾਂ ਕਤਰਾਂ ਕਰਤੀ, ਹੈ ਨਾ। ਪਰ ਸ਼ਾਇਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰਾਂ ਨੂੰ ਨਜ਼ਰ ਨਹੀਂ ਆਉਂਦਾ, ਸਰਕਾਰਾਂ ਨੂੰ ਨਜ਼ਰ ਆ ਜਾਂਦਾ ਉਦੋਂ ਹੀ ਵੀ ਯਾਰ ਫਲਾਣੇ ਥਾਂ 'ਤੇ ਅੱਗ ਲੱਗੀ ਪਈ ਆ। ਪਰ ਇਹ ਵੀ ਤਾਂ ਦੇਖੋ ਕਿ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਇਆ ਪਰ ਕਿੱਲਾ ਉਹਦੇ ਉੱਤੇ ਪਰਾਲੀ ਨੂੰ ਗਾਲਣ 'ਤੇ ਜਿਹੜਾ ਹੈਗਾ ਕਿਸਾਨ ਦਾ ਲੱਗ ਜਾਂਦਾ, ਉਹਦੇ ਵਾਲੇ ਪਾਸੇ ਸਾਡਾ ਧਿਆਨ ਨਹੀਂ। ਬਸ ਇੱਕ ਇਹ ਹੈ ਵੀ ਪਰਚੇ ਕੱਟ ਦਿਆਂਗੇ ਜੀ ਅਤੇ ਲਾਲ ਲਕੀਰ 'ਚ ਪਊਗਾ ਤੁਸੀਂ, ਪਰ ਇੱਦਾਂ ਨਹੀਂ ਆ, ਸਾਨੂੰ ਵੀ ਜ਼ਿੰਮੇਵਾਰ ਹੋਣਾ ਚਾਹੀਦਾ। ਠੀਕ ਹੈ ਸਾਡੇ ਜਿਹੜੇ ਆਪਾਂ ਗੱਲ ਕਰੀਏ ਅਫਸਰ ਸਾਹਿਬਾਨ ਆ ਉਹਨਾਂ ਦੀ ਮਜਬੂਰੀ ਹੈ, ਪਰ ਉਹਨਾਂ ਦੀ ਇੱਕ ਇਹ ਵੀ ਡਿਊਟੀ ਬਣਦੀ ਹੈ ਕਿ ਉਹ ਸਰਕਾਰ ਨੂੰ ਜਿਹੜੇ ਰਿਐਲਿਟੀ ਤੋਂ ਜਾਣੂ ਕਰਾਉਣ ਕਿ ਯਾਰ ਇੱਥੇ ਕਿਸਾਨ ਬਹੁਤ ਔਖਾ, ਝੋਨਾ ਵਿਕ ਨਹੀਂ ਰਿਹਾ, ਡੀ ਏ ਪੀ ਮਿਲ ਨਹੀਂ ਰਹੀ, ਉੱਧਰਲੇ ਪਾਸੋਂ ਜਿਹੜਾ ਵਾਹਣ ਖਾਲੀ ਕਰਨ ਕਣੀ ਖੜਾ ਉੱਧਰਲੇ ਪਾਸੇ ਅਸੀਂ ਰੁਲ ਰਹੇ ਹਾਂ। ਇਹਨਾਂ ਚੀਜ਼ਾਂ ਵੱਲ ਵੀ ਜਿਹੜਾ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ। ਬਣੇ ਰਹੋ ਗੁਰਪ੍ਰੀਤ ਕੋਟਲੀ ਨਾਲ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।